ਹਾਂਜੀ ਸਟੂਡੈਂਟਸ, ਆਰ ਨੈਕਸਟ ਰੀਡਿੰਗ ਇਜ਼ ਰੈਗ ਪਿਕਰਸ ਦ ਬੋਟਮ ਰੰਗ ਇਨ ਦ ਵੇਸਟ ਟ੍ਰੇਡ ਲੈਡੋ। ਸਭ ਤੋਂ ਪਹਿਲਾਂ ਕੁਐਸਚਨਸ ਰੀਡ ਆਊਟ ਕਰ ਲੈਂਦੇ ਹਾਂ। ਕੁਐਸਚਨ ਨੰਬਰ 14 to 21, ਰੀਡਿੰਗ ਪੈਸੇਜ 2 ਹੈਜ਼ 7 ਸੈਕਸ਼ਨਸ ਏ ਟੂ ਜੀ, ਵਿਚ ਸੈਕਸ਼ਨ ਕੰਟੇਨਸ ਦ ਫੋਲੋਇੰਗ ਇਨਫੋਰਮੇਸ਼ਨ, ਰਾਈਟ ਦ ਕਰੈਕਟ ਲੈਟਰ ਏ ਟੂ ਜੀ ਇਨ ਬੋਕਸਿਸ 14 to 21 ਔਨ ਯੋਰ ਆਨਸਰ ਸ਼ੀਟ, ਐਂਡ ਬੀ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ। ਹੁਣ 14 to 21 ਤੱਕ ਅਸੀਂ ਆਨਸਰ ਫਿਲ ਕਰਨੇ ਹਾਂ, ਜਿਹਦੇ ਵਿੱਚ ਅਸੀਂ ਇਹ ਦੱਸਣਾ ਵੀ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਲਿਖੀਆਂ ਹੋਈਆਂ 14 to 21 ਇਹ ਕਿਹੜੇ ਕਿਹੜੇ ਪੈਰਾਗ੍ਰਾਫ 'ਚ ਮੈਨਸ਼ਨ ਨੇ, ਵੀ ਕਿਹੜੀ ਪੈਰਾਗ੍ਰਾਫ 'ਚ ਕਿਹੜੀ ਗੱਲ ਹੋਈ ਹੈ। ਸੋ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ ਦਾ ਮਤਲਬ ਹੈ ਕਿ ਤੁਸੀਂ ਇੱਕ ਪੈਰਾਗ੍ਰਾਫ ਦਾ ਜਿਹੜਾ ਐਲਫਾਬੈਟ ਆ ਉਹ ਇੱਕ ਤੋਂ ਵੱਧ ਵਾਰ ਵੀ ਯੂਜ਼ ਕਰ ਸਕਦੇ ਹੋ। ਸੋ ਇਹਦੀ ਸਟ੍ਰੈਟੇਜੀ ਅਸੀਂ ਪਹਿਲਾਂ ਵੀ ਡਿਸਕਸ ਕੀਤੀ ਸੀ, ਵੀ ਅਸੀਂ ਪਹਿਲਾਂ ਇਹਨਾਂ ਨੂੰ ਨਹੀਂ ਪੜ੍ਹਾਂਗੇ, ਪਹਿਲਾਂ ਅਸੀਂ ਪੈਰਾਗ੍ਰਾਫ ਰੀਡ ਕਰਾਂਗੇ, ਫਿਰ ਉਹਨਾਂ 'ਚੋਂ ਡਿਸਾਈਡ ਕਰਾਂਗੇ ਵੀ ਕਿਹੜੀ ਗੱਲ ਉਸ ਪੈਰਾਗ੍ਰਾਫ 'ਚ ਹੋਈ ਜਿਹੜੀ ਇੱਥੇ ਲਿਖੀ ਗਈ ਹੋਈ ਹੈ। ਸਭ ਤੋਂ ਪਹਿਲਾਂ ਇਹ ਪੈਰਾਗ੍ਰਾਫ ਰੀਡ ਕਰਦੇ ਹਾਂ। ਰੀਸਾਈਕਲਿੰਗ ਹੈਜ਼ ਐਗਜ਼ਿਸਟਿਡ ਇਨ ਵਨ ਫਾਰਮ ਔਰ ਅਨਦਰ ਫੋਰ ਮੈਨੀ ਈਅਰਸ ਇਨ ਇੰਡੀਆ ਐਂਡ ਇਜ਼ ਕੰਪਲੀਕੇਟਿਡ ਲੌਂਗ ਬਿਫੋਰ ਦ ਟਰਮ ਇਟਸੈਲਫ ਸੀਵਡ ਇਨ ਟੂ ਐਵਰੀਡੇ ਵੋਕੈਬਲਰੀ। ਵਿਮਨ ਸੈਪਰੇਟਿਡ ਨਿਊਜ਼ ਪੇਪਰਸ ਐਂਡ ਸੋਲਡ ਦੈਮ ਟੂ ਵੀਕਐਂਡ ਬਾਇਰਸ ਹੂ ਸਾਈਕਲਡ ਬਾਏ ਵਿਦ ਅ ਵੇਇੰਗ ਸਕੇਲ ਐਂਡ ਲੂਜ਼ ਚੇਂਜ ਟੂ ਪੇ ਵਿਦ। ਹੁਣ ਦੇਖੋ ਰੀਸਾਈਕਲਿੰਗ ਦੀ ਗੱਲ ਹੋ ਰਹੀ ਹੈ, ਕਹਿੰਦੇ ਪਹਿਲਾਂ ਕੀ ਹੁੰਦਾ ਸੀ, ਜਿਹੜੇ ਵਿਮਨ ਕੀ ਕਰਦੇ ਸੀ, ਨਿਊਜ਼ ਪੇਪਰ ਨੂੰ ਸੈਪਰੇਟ ਕਰ ਲੈਂਦੇ ਸੀਗੇ ਐਂਡ ਉਹਨਾਂ ਨੂੰ ਵੇਚ ਦਿੰਦੇ ਸੀ ਵੀਕਐਂਡ ਬਾਇਰਸ ਨੂੰ, ਜੋ ਕਿ ਕੀ ਕਰਦੇ ਸਾਈਕਲ 'ਤੇ ਜਿਹੜਾ ਤਰਾਜੂ ਲੈ ਕੇ ਘੁੰਮਦੇ ਸੀ, ਇੱਕ ਤਰ੍ਹਾਂ ਦੇ ਕਬਾੜੀਏ ਤੁਸੀਂ ਕਹਿ ਸਕਦੇ ਹੋ, ਜਿਹੜੇ ਤਰਾਜੂ ਲੈ ਕੇ ਘੁੰਮਦੇ ਸੀਗੇ, ਜੋ ਕਿ ਖੁੱਲ੍ਹੇ ਪੈਸੇ ਆਪਣੇ ਕੋਲ ਰੱਖਦੇ ਸੀ ਇਸ ਚੀਜ਼ ਨੂੰ ਖਰੀਦਣ ਲਈ, ਰੱਦੀ ਕਹਿ ਸਕਦੇ ਉਹਨੂੰ। ਬੋਟਲਸ ਵਰ ਰੀਯੂਜ ਅੰਟਿਲ ਦੇ ਪ੍ਰਯੋਗ, ਜਿਹੜੇ ਬੋਟਲ ਸੀਗੀਆਂ ਉਹ ਵੀ ਯੂਜ਼ ਕੀਤੀਆਂ ਨਹੀਂ ਜਦ ਤੱਕ ਉਹ ਟੁੱਟ ਨਹੀਂ ਸੀ ਜਾਂਦੀਆਂ, ਐਂਡ ਟਿਨਸ ਵਰ ਸਿੰਪਲੀ ਨੈਵਰ ਥਰੋਨ ਅਵੇ, ਜਿਹੜੇ ਡੱਬੇ ਸੀਗੇ ਜਾਂ ਕੰਟੇਨਰ ਸੀਗੇ ਉਹ ਵੀ ਕਦੀ ਵੀ ਸੁੱਟੇ ਨਹੀਂ ਜਾਂਦੇ ਸੀਗੇ, ਟਿਨ ਨਾਲ ਬਣੇ ਹੋਏ ਜਿਹੜੇ ਡੱਬੇ ਹੁੰਦੇ ਸੀ। ਦੈਨ ਐਜ਼ ਅ 13-year-old, ਜਿਵੇਂ ਕਿ ਉਹ 13 ਸਾਲ ਦੇ ਸੀ, ਆਈ ਵਾਜ਼ ਸਰਾਊਂਡਡ ਬਾਈ ਬੇਬੀ ਫੂਡ ਟਿਨਸ ਫਰੋਮ ਮਾਈ ਇਨਫੈਂਸੀ, ਕਹਿੰਦੇ ਵੀ ਮੈਂ ਬੇਬੀ ਫੂਡ ਜਿਹੜੇ ਟਿਨਸ ਨੇ ਕੰਟੇਨਰ ਹੈ ਉਹਨਾਂ ਨਾਲ ਜਿਹੜੇ ਕਹਿੰਦੇ ਸਰਾਊਂਡਡ ਸੀਗਾ, ਕਰਿਆ ਹੋਇਆ ਸੀ, ਜਿਹਦੇ ਵਿੱਚ ਜਿਹੜਾ ਬਚਪਨ ਵਿੱਚ ਯੂਜ਼ ਕਰਦਾ ਸੀ ਸਟੋਰਿੰਗ ਆਈ ਰਾਈਸ, ਬਾਅਦ 'ਚੋਂ ਕਿੱਥੋਂ ਯੂ ਕਿਸ ਚੀਜ਼ ਲਈ ਯੂਜ਼ ਕਰਨ ਲੱਗ ਗਏ ਉਹਨੂੰ, ਰਾਈਸ ਸਟੋਰ ਕਰਨ ਲਈ, ਚਾਵਲ ਵਾਸਤੇ, ਫਿਰ ਦਾਲ ਵਾਸਤੇ, ਐਂਡ ਫਿਰ ਚਟਨੀਸ। ਦੀਜ਼ ਹੈਬਿਟ ਆਰ ਸੈਡਲੀ ਡਾਇੰਗ ਆਊਟ, ਕਹਿੰਦੇ ਆਹ ਜਿਹੜੀਆਂ ਆਦਤਾਂ ਨੇ ਹੁਣ ਇਹ ਖਤਮ ਹੁੰਦੀਆਂ ਜਾ ਰਹੀਆਂ ਨੇ, ਸੁਪਰਸੀਡਡ ਬਾਈ ਦ ਐਡਵੈਂਟ ਆਫ ਦ ਨੋਨ ਰੀਸਾਈਕਲੇਬਲ। ਕਿਹੜੀ ਚੀਜ਼ ਇਹਨਾਂ ਨੂੰ ਪਛਾੜ ਰਹੀ ਆ, ਐਡਵੈਂਟ ਆਫ ਦਾ ਨੋਨ ਰੀਸਾਈਕਲੇਬਲ, ਐਡਵੈਂਟ ਮਤਲਬ ਉਤਪੱਤੀ ਆਫ ਕਿਹੜੀ ਚੀਜ਼ਾਂ ਦੀ, ਨੋਨ ਰੀਸਾਈਕਲੇਬਲ, ਜਿਹੜੀਆਂ ਕਿ ਰੀਸਾਈਕਲ ਨਹੀਂ ਹੋ ਸਕਦੀਆਂ, ਨੋਨ ਰੀਯੂਜ਼ੇਬਲ ਸੈਸ਼ੇ ਐਂਡ ਪਲਾਸਟਿਕ ਪੈਕੇਜਿੰਗ। ਕਿੰਨੇ ਚੀਜ਼ਾਂ ਉਹ ਸੈਸ਼ੇ ਹੋ ਗਏ, ਜਿਵੇਂ ਅੱਜ ਕੱਲ੍ਹ ਆਪਾਂ ਨੂੰ ਸੈਸ਼ੇ ਸਭ ਕੁਝ ਮਿਲਦਾ ਵਾ, ਜਿਵੇਂ ਜੈਮ ਦੇ ਸੈਸ਼ੇ, ਸੌਸ ਦੇ ਸੈਸ਼ੇ ਹੋ ਗਏ, ਪਲਾਸਟਿਕ ਪੈਕੇਜਿੰਗ ਆ ਗਈ ਇਹ ਚੀਜ਼ਾਂ। ਨਾਓ ਇਨਸਟੈਡ ਆਫ ਬੀਂਗ ਸਟੋਰਡ ਅਵੇ ਫੋਰ ਰੇਨੀ ਡੇ, ਕਹਿੰਦੇ ਹੁਣ ਇਹਨੂੰ ਰੇਨੀ ਡੇ ਵਾਸਤੇ ਸਟੋਰ ਕਰਕੇ ਰੱਖਣ ਦੀ ਬਜਾਏ ਕੀ ਕੀਤਾ ਜਾਂਦਾ ਵਾ, ਅਨਵਾਂਟਿਡ ਪ੍ਰੋਡਕਟਸ ਆਰ ਟੋਸਡ ਕੇਅਰਲੈਸਲੀ ਇਨਟੂ ਦਾ ਡਸਟਬਿਨ, ਸਿੱਧਾ ਡਸਟਬਿਨ ਸਿੱਟੇ ਜਾਂਦੇ ਨੇ, ਐਂਡ ਦਿਸ ਇਜ਼ ਵੇਅਰ ਮਾਡਰਨ ਡੇ ਰੀਸਾਈਕਲਿੰਗ ਬਿਗਿਨਸ, ਇੱਥੋਂ ਹੀ ਰੀਸਾਈਕਲਿੰਗ ਜਿਹੜੀ ਅੱਜ ਕੱਲ੍ਹ ਦੇ ਜ਼ਮਾਨੇ ਦੀ ਉਹ ਸ਼ੁਰੂ ਹੁੰਦੀ ਆ। ਇਨ ਡੈਲੀ ਫੋਰ ਐਵਰੀ 100 ਰੈਜੀਡੈਂਟਸ 1 person ਇਜ਼ ਇੰਗੇਜਡ ਇਨ ਰੀਸਾਈਕਲਿੰਗ, ਕਹਿੰਦੇ ਡੈਲੀ ਦੇ ਵਿੱਚ ਹਰੇਕ 100 ਦੇ ਵਿੱਚੋਂ ਇੱਕ ਬੰਦਾ ਜਿਹੜਾ ਵਾ ਉਹ ਰੀਸਾਈਕਲਿੰਗ ਦੇ ਵਿੱਚ ਇਨਵੋਲਵਡ ਹੈ, ਇੰਗੇਜਡ ਆ। ਸੋ ਸਭ ਪਹਿਲਾਂ ਕੁਸ਼ਚਨ ਦੇਖ ਲੈਂਦੇ ਹੁਣ ਕਿਹੜਾ ਕਿਹੜਾ ਆਪਾਂ ਮੈਚ ਕਰ ਸਕਦੇ ਹਾਂ। ਸਟੇਟਮੈਂਟ 14 ਐਨ ਅਕਾਊਂਟ ਆਫ ਅ ਟਿਪੀਕਲ ਡੇਜ਼ ਲੇਬਰ, ਇਹਦੀ ਕੋਈ ਗੱਲ ਨਹੀਂ ਹੋਈ ਵੀ ਦੱਸਿਆ ਗਿਆ ਹੋਵੇ, ਵੀ ਇੱਕ ਟਿਪੀਕਲ ਡੇ ਦਿਨ ਦੇ ਵਿਸਥਾਰ ਤੌਰ ਦੱਸਿਆ ਗਿਆ ਹੋਵੇ, ਵੀ ਜਦੋਂ ਲੇਬਰ ਦੇ ਕੋਈ ਕੰਮ ਕਿੱਦਾਂ ਕੀਤੇ ਜਾਂਦੇ ਨੇ। 15 ਐਗਜ਼ਾਮਪਲਸ ਆਫ ਕਰੂਅਲਟੀ ਐਂਡ ਸਪੈਸੀਫਿਕ ਐਕਸਪਲੋਇਟੇਸ਼ਨ, ਜਾਂ ਫਿਰ ਐਗਜ਼ਾਮਪਲ ਦੱਸੀ ਗਈ ਹੋਵੇ ਵੀ ਕਰੂਅਲਟੀ, ਕਰੂਰਤਾ ਜਾਂ ਬੇਰਹਿਮੀ ਦੀ ਕੋਈ ਚੀਜ਼ ਹੈ ਨਾ, ਸਪੈਸੀਫਿਕ ਐਕਸਪਲੋਇਟੇਸ਼ਨ, ਜਾਂ ਕੋਈ ਜਿਵੇਂ ਕਹਿੰਦੇ ਕਿਸੇ ਦੀ ਕੋਈ ਖਰਾਬੀ, ਇੱਦਾਂ ਕਹਿ ਸਕਦੇ ਵੀ ਕੋਈ ਕਿਸੇ ਨੂੰ ਤੰਗ ਆ ਰਿਹਾ ਹੋਵੇ, ਐਕਸਪਲੋਇਟ ਕਰ ਰਿਹਾ ਹੋਵੇ। 16 ਐਨ ਐਕਿਊਜੇਸ਼ਨ ਦੈਟ ਡਬਲ ਸਟੈਂਡਰਡ ਆਰ ਆਪਰੇਟਿੰਗ, ਜਾਂ ਇੱਕ ਕਹਿ ਸਕਦੇ ਹੋ ਆਰੋਪ ਵੀ ਜਿਹੜੇ ਡਬਲ ਸਟੈਂਡਰਡ ਦੋ ਉਗਲਾਪਨ ਜਿਹੜਾ ਵਾ ਉਹ ਚੱਲ ਰਿਹਾ ਵਾ। 17 ਆਰ ਡਿਸਕ੍ਰਿਪਸ਼ਨ ਆਫ ਅ ਹਾਇਰਾਰਕੀਕਲ ਸਿਸਟਮ, ਵੀ ਇੱਕ ਹਾਇਰਾਰਕੀ, ਇੱਕ ਆਰਡਰਲੀ ਕੋਈ ਚੀਜ਼ ਦੱਸੀ ਗਈ ਹੋਵੇ ਵੀ ਥੱਲੇ ਕੌਣ ਆ, ਉੱਪਰ ਕੌਣ ਆ, ਉਸ ਤੋਂ ਉੱਪਰ ਕੌਣ ਹੈ, ਇਹਦੀ ਕੋਈ ਗੱਲ ਨਹੀਂ ਹੋਈ। 18 ਐਨ ਐਲੀਗੇਸ਼ਨ ਦੈਟ ਵੈਲਦੀਅਰ ਪੀਪਲ ਆਰ ਨੋਟ ਡੂਇੰਗ ਵਟ ਦੇ ਕੁਡ, ਈਵਨ ਦੱਸਿਆ ਗਿਆ ਵੀ ਇੱਕ ਆਰੋਪ ਲਗਾਇਆ ਗਿਆ ਵਾ ਵੀ ਜਿਹੜੇ ਵੈਲਦੀਅਰ ਪੀਪਲ ਨੇ, ਅਮੀਰ ਲੋਕ ਨੇ,
ਉਹ ਜਿੰਨਾ ਕਰ ਸਕਦੇ ਨੇ ਉਹ ਨਹੀਂ ਕਰ ਰਹੇ ਜੋ ਕਿ ਉਹ ਕਰ ਸਕਦੇ ਨੇ, ਠੀਕ ਹੈ। 19 ਐਨ ਅਸਰਸ਼ਨ ਦੈਟ ਦ ਰਿਚ ਬੈਨੀਫਿਟ ਫਰੋਮ ਦ ਹਾਰਡ ਵਰਕ ਆਫ ਦ ਪੂਅਰ, ਨਾ ਤਾਂ ਇਹ ਦੱਸਿਆ ਗਿਆ ਸੰਭਾਵਨਾ ਵੀ ਜਿਹੜੇ ਰਿਚ ਲੋਕ ਨੇ ਉਹ ਜ਼ਿਆਦਾ ਫਾਇਦਾ ਲੈ ਰਹੇ ਨੇ ਹਾਰਡ ਵਰਕ ਜਿਹੜੇ ਪੂਅਰ ਪੀਪਲ ਕਰ ਰਹੇ ਨੇ ਉਸ ਚੀਜ਼ ਦਾ। 20 ਅ ਸਮਰੀ ਆਫ ਹਾਓ ਅ ਬਿਜ਼ਨਸ ਹੈਜ਼ ਚੇਂਜ ਓਵਰ ਟਾਈਮ, ਹੁਣ ਇਹਦੇ ਬਾਰੇ ਪੜ੍ਹ ਕੇ ਆਏ ਨਾ ਬਿਜ਼ਨਸ ਕਿਵੇਂ ਚੇਂਜ ਹੋ ਗਿਆ, ਪਹਿਲਾਂ ਕਿੱਦਾਂ ਰੀਸਾਈਕਲਿੰਗ ਹੁੰਦੀ ਸੀ ਹੁਣ ਕਿੱਦਾਂ ਹੋ ਰਹੀ ਹੈ, ਪਹਿਲਾਂ ਪਲਾਸਟਿਕ ਪ੍ਰੋਡਕਟ ਨਹੀਂ ਵਿਕਦੇ ਸੀ ਹੁਣ ਵਿਕਦੇ ਨੇ, ਇਸ ਚੀਜ਼ ਨੇ ਬਿਜ਼ਨਸ ਨੂੰ ਚੇਂਜ ਕਰਤਾ। ਸਾਡਾ 20th ਆਂਸਰ ਕੀ ਹੋ ਜਾਏਗਾ? ਏ। ਦੈਨ ਇਸ 21 ਅ ਕਲੇਮ ਦੈਟ ਰੀਸਾਈਕਲਿੰਗ ਇਜ਼ ਇਕਨੋਮਿਕਲੀ ਬੈਨੀਫਿਸ਼ੀਅਲ ਟੂ ਦ ਅਥਾਰਟੀਜ਼, ਇੱਕ ਕਲੇਮ ਕੀਤਾ ਗਿਆ ਵੀ ਰੀਸਾਈਕਲਿੰਗ ਦਾ ਪ੍ਰੋਸੈਸ ਆ ਇਹ ਆਰਥਿਕ ਤੌਰ 'ਤੇ ਕਿਹਦੇ ਲਈ ਫਾਇਦੇਮੰਦ ਆ? ਅਥੋਰਿਟੀਜ਼ ਲਈ, ਮਤਲਬ ਕਿ ਵੱਡੀਆਂ ਜਿਹੜੀਆਂ ਸਰਕਾਰਾਂ ਜਾਂ ਉਹਨਾਂ ਦੀ ਵਰਗੀ ਕੋਈ ਸੈਕਟਰਸ ਨੇ ਉਹਨਾਂ ਵਾਸਤੇ। ਸੋ ਇਹ ਵੀ ਕੋਈ ਗੱਲ ਨਹੀਂ ਹੋਈ ਇਹ ਪੈਰਾਗ੍ਰਾਫ 'ਚ। ਹੁਣ ਬੀ ਪੈਰਾਗ੍ਰਾਫ ਪੜ੍ਹਨਾ ਸਟਾਰਟ ਕਰਦੇ ਹਾਂ। All recycling in India is undertaken by and via the informal sector. This sector includes rag pickers, middlemen, transporters and finally reprocessors. ਹੁਣ ਇਹਨੇ ਦੱਸਿਆ ਵੀ ਇੰਡੀਆ ਦੇ ਵਿੱਚ ਕਿੱਦਾਂ ਹੁੰਦੀ ਹੈ ਰੀਸਾਈਕਲਿੰਗ, ਕੌਣ ਕੌਣ ਇਨਵੋਲਵ ਆ। ਸਭ ਤੋਂ ਪਹਿਲਾਂ ਰੈਗ ਪਿਕਰਸ ਦੀ ਗੱਲ ਕੀਤੀ, ਫਿਰ ਮਿਡਲ ਮੈਨ ਇਨਵੋਲਵ ਆ, ਦੈਨ ਟਰਾਂਸਪੋਰਟਰਸ ਇਨਵੋਲਵ ਆ, ਅਤੇ ਦੈਨ ਲਾਸਟ 'ਤੇ ਰੀਪ੍ਰੋਸੈਸਰਸ ਇਨਵੋਲਵ ਆ। ਇਨ ਟਰਮਸ ਆਫ ਹਿਊਮਨ ਰਿਸੋਰਸਿਸ, ਦਿਸ ਸੈਕਟਰ ਇਜ਼ ਅਰੇਂਜ ਇਨ ਅ ਟੇਬਲ ਟੋਪ ਪਿਰਾਮਿਡ। ਕਹਿੰਦੇ ਜੀ ਹਿਊਮਨ ਰਿਸੋਰਸਿਸ ਦੀ ਗੱਲ ਕਰੀਏ ਤਾਂ ਕਿੱਦਾਂ ਇਹਨੂੰ ਅਰੇਂਜ ਕੀਤਾ ਗਿਆ ਵਾ? ਟੇਬਲ ਟੋਪ ਪਿਰਾਮਿਡ ਦੇ ਵਾਂਗੂ ਇਹਨੂੰ ਅਰੇਂਜ ਕੀਤਾ ਗਿਆ ਵਿਦ ਰੈਗ ਪਿਕਰਸ ਐਟ ਦ ਬੇਸ। ਸਭ ਤੋਂ ਐਂਡ 'ਤੇ ਮਤਲਬ ਬੇਸ ਕਿਹਨੇ ਬਣਾਇਆ ਵਾ ਇਹਨਾਂ ਦਾ? ਰੈਗ ਪਿਕਰਸ ਨੇ, ਮਤਲਬ ਸਭ ਤੋਂ ਥੱਲੇ ਕੌਣ ਨੇ? ਰੈਗ ਪਿਕਰਸ। ਦੈਨ ਉਸ ਤੋਂ ਉੱਪਰ ਕੌਣ ਆ? ਫਿਰ ਰੈਗ ਪਿਕਰਸ ਜਿਹਨਾਂ ਨੇ ਬੜੀ ਇੰਪੋਰਟੈਂਟ ਦੱਸੀ, ਫਾਰਮਿੰਗ ਦਾ ਬੈਕਬੋਨ ਆਫ ਵੇਸਟ ਕਲੈਕਸ਼ਨ, ਜੋ ਕਿ ਇਹਨਾਂ ਦੀ ਬੈਕਬੋਨ ਨੇ। ਐਂਡ ਰੀਡ ਦ ਹੱਡੀ ਨੇ ਆਪਾਂ ਇਹ ਕਹਿ ਸਕਦੇ ਹਾਂ, ਐਟ ਦ ਥਿਨਰ ਐਂਡ ਆਫ ਦ ਵੈਜ ਆਰ ਦਾ ਸਮਾਲ ਮਿਡਲ ਮੈਨ। ਉਸ ਤੋਂ ਉੱਪਰ ਕੌਣ ਆਉਂਦੇ ਨੇ? ਸਮਾਲ ਮਿਡਲ ਮੈਨ, ਹੂ ਬਾਏ ਦ ਵੇਸਟ ਐਂਡ ਸੈਲ ਇਟ ਔਨ ਟੂ ਲਾਰਜ ਮਿਡਲ ਮੈਨ, ਜੋ ਕਿ ਇਹਨੂੰ ਖਰੀਦਦੇ ਨੇ ਜਿਹੜੇ ਰੈਗ ਪਿਕਰਸ ਤੋਂ, ਅਤੇ ਵੇਚਦੇ ਕਿਹਨੂੰ ਨੇ? ਲਾਰਜਰ ਮਿਡਲ ਮੈਨ ਨੂੰ ਵੇਚ ਦਿੰਦੇ ਨੇ, ਹੂ ਯੂਜਲੀ ਸਪੈਸ਼ਲਾਈਜ਼ ਇਨ ਪਰਟੀਕੁਲਰ ਆਈਟਮ ਐਂਡ ਮਟੀਰੀਅਲਸ। ਅਬਵ ਦੈਮ ਆਰ ਫੈਕਟਰੀ ਓਨਰਸ, ਕਹਿੰਦੇ ਉਹਨਾਂ ਦੇ ਉੱਤੇ ਕੌਣ ਹੁੰਦੇ ਨੇ? ਫੈਕਟਰੀ ਓਨਰਸ ਹੁੰਦੇ ਨੇ, ਹੂ ਪ੍ਰੋਕੋਰ ਸਪਲਾਈਜ਼ ਫਰੋਮ ਦੋਜ਼ ਬੀਨੀਥ ਥਰੂ ਅ ਯੂਬੀਕਿਟਸ ਨੈਟਵਰਕ ਆਫ ਏਜੰਟਸ, ਜੋ ਕਿ ਸਪਲਾਈ ਲੈਂਦੇ ਨੇ ਕਿਤੋਂ? ਯੂਬੀਕਿਟਸ ਮਤਲਬ ਕਾਮਨ ਨੈਟਵਰਕ ਆਫ ਏਜੰਟਸ, ਏਜੰਟ ਦੇ ਥਰੂ। ਹੁਣ ਇੱਥੇ ਪ੍ਰੋਪਰ ਦੱਸੀ ਗਈ ਹੈ ਹਾਇਰਾਰਕੀ ਵੀ ਕਿਵੇਂ ਕਿਹੜੇ ਕਿਹੜੇ ਜਗ੍ਹਾ ਤੇ ਕਿਹੜੇ ਕਿਹੜੇ ਲੈਵਲ ਤੇ ਕੌਣ ਕੌਣ ਪਰਸਨ ਇਨਵੋਲਵਡ ਆ। ਸਾਡਾ ਆਂਸਰ ਇੱਕ ਤਾਂ ਸਾਨੂੰ ਕਲੀਅਰ ਹੋ ਗਿਆ ਕਿਹੜਾ ਵਾ? 17 ਅ ਹਾਇਰ ਡਿਸਕ੍ਰਿਪਸ਼ਨ ਆਫ ਅ ਹਾਇਰਾਰਕੀਕਲ ਸਿਸਟਮ। ਸਾਡਾ 17 ਆਂਸਰ ਕੀ ਹੋ ਜਾਏਗਾ? ਬੀ। ਉਸ ਤੋਂ ਇਲਾਵਾ ਤਾਂ ਆਪਾਂ ਸਾਰੇ ਪੜ੍ਹ ਲਏ, ਇਹਨਾਂ ਨਾਲ ਤਾਂ ਕੋਈ ਵੀ ਮੈਚਿੰਗ ਨਹੀਂ ਹੋ ਰਹੀ ਸੀ, ਆਪਾਂ ਜੋ ਵੀ ਬੀ ਪੈਰਾਗ੍ਰਾਫ 'ਚ ਪੜ੍ਹ ਕੇ ਆਏ ਹਾਂ। ਸੋ ਨੈਕਸਟ ਪੈਰਾਗ੍ਰਾਫ ਰੀਡ ਕਰਦੇ ਹਾਂ। ਡੈਲੀ ਇਜ਼ ਪਰਟੀਕੁਲਰਲੀ ਇੰਟਰਸਟਿੰਗ ਬਿਕਾਜ਼ ਇਟ ਹੈਜ਼ ਵਨ ਆਫ ਦ ਲਾਰਜੈਸਟ ਐਂਡ ਮੋਸਟ ਵਾਈਬ੍ਰੈਂਟ ਰੀਸਾਈਕਲਿੰਗ ਬੇਸਿਸ ਇਨ ਦ ਕੰਟਰੀ। ਦ 1 lakh ਵੇਸਟ ਪਿਕਰਸ ਆਰ ਦ ਬੇਸ ਆਫ ਅ ਹਿਊਜ ਰੀਸਾਈਕਲਿੰਗ ਪਿਰਾਮਿਡ, ਹੈਂਡਲਿੰਗ ਸਮਥਿੰਗ ਲਾਈਕ 15% ਆਫ ਦ ਸੋਲਿਡ ਵੇਸਟ ਜਨਰੇਟਡ ਇਨ ਦ ਸਿਟੀ, ਸਿੰਸ ਓਵਰ 7,000 ਮੈਟ੍ਰਿਕ ਟਨਸ ਆਫ ਵੇਸਟ ਜਨਰੇਟਡ ਡੇਲੀ। ਦਿਸ ਇਜ਼ ਸਬਸਟੈਂਸ਼ੀਅਲ ਬਿਜ਼ਨਸ, ਅ ਰੇਂਜ ਆਫ ਮਟੀਰੀਅਲ ਇਜ਼ ਪ੍ਰੋਸੈਸਡ ਵਿਦ ਇਨ ਦ ਸੈਕਟਰ ਇੰਕਲੂਡਿੰਗ ਪਲਾਸਟਿਕਸ, ਮੈਟਲਸ, ਪੇਪਰ ਐਂਡ ਗਲਾਸ। ਸਟੱਡੀਜ਼ ਐਸਟੀਮੇਟ ਦੈਟ ਦਿਸ ਇਨਫੋਰਮਲ ਲੇਬਰ ਫੋਰਸ ਸੇਵਸ ਦ 3 ਡੈਲੀ ਮਿਊਨਿਸਪੈਲਿਟੀਜ਼ ਅ ਮਿਨੀਮਮ ਆਫ ਰੁਪੀਜ਼ 6 lakhs। ਕਿੰਨੇ ਪੈਸੇ ਬਚਾਉਂਦਾ ਵਾ? 3 ਦਿੱਲੀ ਮਿਊਨਸੀਪੈਲਿਟੀਜ਼ ਨੂੰ ਇਹ ਘੱਟੋ ਘੱਟ 6 lakh ਰੁਪਇਆ ਐਵਰੀ ਡੇ ਬਚਾਉਂਦਾ ਵਾ, 12,000 US dollars। ਸੋ 6 lakhs ਦੀ ਜਿਹੜੀ 6 lakhs ਦੀ ਮਿਨੀਮਮ ਜਿਹੜੀ ਆ ਉਹ ਸੇਵਿੰਗਸ ਹੁੰਦੀਆਂ ਕਿਹਨਾਂ ਨੂੰ? ਕਿਹਨਾਂ ਨੂੰ? 3 ਦਿੱਲੀ ਮਿਊਨਸੀਪੈਲਿਟੀਜ਼। ਹੁਣ ਮਿਊਨਸੀਪੈਲਿਟੀਜ਼ ਅਥਾਰਟੀਜ਼ ਹੋ ਗਈਆਂ ਉੱਪਰ ਲੈਵਲ ਦੀਆਂ। ਇਟ ਹੈਜ਼ ਬੀਨ ਕੈਲਕੂਲੇਟਡ ਦੈਟ ਅ ਸਿੰਗਲ ਸਕ੍ਰੈਪ ਆਫ ਮਟੀਰੀਅਲ ਕੈਨ ਇਨਕਰੀਜ਼ 700 ਇਨ ਵੈਲਿਊ, 700% ਜਿਹੜੀ ਇਹਨਾਂ ਦੀ ਪਰਸਨ ਜਿਹੜੀ ਆ ਵੈਲਿਊ ਇੰਕਰੀਜ਼ ਹੋ ਸਕਦੀ ਆ ਸਿੰਗਲ ਸਕ੍ਰੈਪ ਨਾਲ, ਬਿਫੋਰ ਇਟ ਇਜ਼ ਈਵਨ ਰੀਪ੍ਰੋਸੈਸਡ ਹੋਣ ਤੋਂ ਪਹਿਲਾਂ ਹੀ, ਐਜ਼ ਇਟ ਮੂਵਸ ਅਲੋਂਗ ਦ ਰੀਸਾਈਕਲਿੰਗ ਚੇਨ, ਜਿਵੇਂ ਇਹ ਰੀਸਾਈਕਲਿੰਗ ਚੇਨ ਦੇ ਅੱਗੇ ਅੱਗੇ ਵੱਧਦਾ ਜਾਂਦਾ ਵਾ। ਸਾਨੂੰ ਫਾਇਦੇ ਦੀ ਗੱਲ ਦੱਸੀ ਕਿਹਨੂੰ? ਅਥਾਰਟੀਜ਼ ਨੂੰ। ਸੋ ਪੜ੍ਹਿਆ ਸੀ 21 ਦੇ ਵਿੱਚ, ਆਂਸਰ ਕੀ ਹੋਗਾ ਸਾਡਾ 21 ਦਾ? ਸੀ, ਅ ਕਲੇਮ ਦੈਟ ਰੀਸਾਈਕਲਿੰਗ ਇਜ਼ ਇਕਨੋਮਿਕਲੀ ਬੈਨੀਫਿਸ਼ੀਅਲ ਟੂ ਦਾ ਅਥਾਰਟੀਜ਼। ਹੁਣ ਇਹਨਾਂ 'ਚੋਂ ਤਾਂ ਕੋਈ ਵੀ ਨਹੀਂ ਮੈਚ ਕਰ ਰਿਹਾ, ਸੋ ਨੈਕਸਟ ਡੀ ਪੈਰਾਗ੍ਰਾਫ ਪੜ੍ਹਦੇ ਹਾਂ। So recycling in Delhi is big business, but is it a green business and who does it benefit? Consider first the rag picker, usually a young person. Pehle sabse pehle rag picker di gal karde hain,
ਵੀ ਜਿਹੜਾ ਇੱਕ ਯੰਗ ਪਰਸਨ ਹੁੰਦਾ ਵਾ, ਦੋ ਨਾਟ ਅ ਚਾਇਲਡ, ਭਾਵੇਂ ਉਹ ਬੱਚਾ ਨਹੀਂ ਹੁੰਦਾ, ਵਿਦ ਅ ਲਾਰਜ ਵੂਮਨ ਸੈਕ ਹੈਂਗਿੰਗ ਫਰੋਮ ਹਿਜ਼ ਔਰ ਹਰ ਸ਼ੋਲਡਰ, ਉਹਨਾਂ ਦੇ ਮੋਢੇ 'ਤੇ ਇੱਕ ਝੋਲਾ ਜਿਹਾ ਟੰਗਿਆ ਹੁੰਦਾ ਜਿੱਥੇ ਉਹ ਵੇਸਟ ਇਕੱਠਾ ਕਰਕੇ ਪਾਉਂਦੇ ਰਹਿੰਦੇ ਨੇ। ਹੀ ਔਰ ਸ਼ੀ ਵਿਲ ਬਿਗੇਨ ਵਰਕਿੰਗ ਐਜ਼ ਅਰਲੀ ਐਜ਼ 4 AM, ਕਿੰਨੇ ਵਜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਸਵੇਰ ਦੇ 4 ਵਜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਔਰ ਮਿਸ ਦਾ ਮੋਸਟ ਪ੍ਰੋਫਿਟੇਬਲ ਫਾਈਨਸ ਐਜ਼ ਲੋਕੇਸ਼ਨਸ ਐਂਡ ਰੂਟਸ ਆਰ ਟੈਰੀਟੋਰੀਅਲ, ਰੈਜੀਡੈਂਟ ਮੇ ਬਿਗਿਨ ਟੂ ਰੈਕਗਨਾਈਜ਼ ਦੇਅਰ ਓਨ ਰੈਕ ਪਿਕਰ ਬਾਏ ਲੇਟ ਆਫਟਰਨੂਨ। ਜਿਵੇਂ ਹੁਣ ਕਹਿੰਦੇ ਨੇ ਲੋਕੇਸ਼ਨ ਅਤੇ ਰੂਟ ਜਿਹੜੇ ਆ ਉਹ ਚੇਂਜ ਹੁੰਦੇ ਰਹਿੰਦੇ ਨੇ, ਤਾਂ ਰੈਜੀਡੈਂਟ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਆਪੇ ਆਪਣੇ ਲੱਭਣੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੇ ਓਨ ਰੈਕ ਪਿਕਰ ਬਾਏ ਲੇਟ ਆਫਟਰਨੂਨ ਔਰ ਵੈਨ ਦ ਬੈਗ ਇਜ਼ ਫੁੱਲ, ਜਦੋਂ ਉਹਨਾਂ ਦਾ ਬੈਗ ਪੂਰਾ ਭਰ ਜਾਂਦਾ ਵਾ ਆਫਟਰਨੂਨ ਤੱਕ, ਆਫਟਰਨੂਨ ਤੋਂ ਬਾਅਦ ਉਹਨਾਂ ਨੇ ਕਿਹਾ ਮੇਨਲੀ ਦ ਰੈਕ ਪਿਕਰ ਹੰਟਸ ਡਾਊਨ ਔਰ ਮਿਡਲਮੈਨ ਟੂ ਸੈਲ ਟੂ। ਫਿਰ ਉਹ ਕਿਹਨੂੰ ਲੱਭਣਾ, ਹੰਟਸ ਡਾਊਨ ਮਤਲਬ ਭਾਲਕਣੀ ਸ਼ੁਰੂ ਕਰ ਦਿੰਦੇ ਨੇ ਇੱਕ ਮਿਡਲਮੈਨ ਜਿਹਨਾਂ ਨੂੰ ਉਹ ਸਮਾਨ ਜਿਹੜਾ ਵੇਸਟ ਪ੍ਰੋਡਕਟ ਉਹ ਵੇਚ ਸਕਣ। ਦ ਵੇਸਟ ਸ਼ੁੱਡ ਬੀ ਸੈਪਰੇਟਡ ਅਕੋਰਡਿੰਗ ਟੂ ਆਲਮੋਸਟ 30 ਡਿਫਰੈਂਟ ਕੈਟੇਗਰੀਜ਼। ਜਿਹੜਾ ਇਹ ਵੇਸਟ ਆ ਕਹਿੰਦੇ ਇਹ ਕਿਤੇ ਕਿਤੇ ਮਤਲਬ ਕਿ ਕਹਿ ਸਕਦੇ ਹੋ ਵੀ 30 ਡਿਫਰੈਂਟ ਕੈਟੇਗਰੀਜ਼ ਇਹਨੂੰ ਡਿਵਾਈਡ ਕੀਤਾ ਜਾਂਦਾ, ਐਂਡ ਇਟ ਮਸਟ ਬੀ ਕਲੀਨ ਐਂਡ ਡਰਾਈ, ਅਤੇ ਇਹ ਸਾਫ਼ ਅਤੇ ਸੁੱਕਾ ਹੋਣਾ ਚਾਹੀਦਾ ਵਾ। ਇਨ ਸੀਕ੍ਰੇਟ ਸੈਗਰੀਗੇਸ਼ਨ ਪੈਚਸ ਅਰਾਊਂਡ ਦ ਸਿਟੀ, ਥਾਊਸੈਂਡਸ ਆਫ ਦ ਫੋਰੈਸਟ ਇਨਹੈਬੀਟੈਂਟ ਸੋਰਟ ਥਰੂ ਵੇਸਟ ਐਂਡ ਵਾਸ਼ ਇਟ ਫਰੋਮ ਮੇਕਸ਼ਿਫਟ ਵਾਟਰ ਸੋਰਸਿਸ। ਕਹਿੰਦੇ ਜ਼ਿਆਦਾਤਰ ਜਿਹੜੇ ਗਰੀਬ ਲੋਕ ਨੇ ਕਿਵੇਂ ਉਹੀ ਸਾਫ਼ ਕਰਦੇ ਨੇ ਇਹਨਾਂ ਨੂੰ, ਮਤਲਬ ਕਿ ਇਸ ਵੇਸਟ ਨੂੰ ਸਾਈਡ 'ਤੇ ਕਰਦੇ ਨੇ, ਵੱਖੋ ਵੱਖਰਾ ਕਰਦੇ ਨੇ ਅਤੇ ਪਾਣੀ ਨਾਲ ਇਹਨੂੰ ਧੋਂਦੇ ਨੇ। ਹੰਚਡ ਓਵਰ ਫੋਰ ਆਰਸ ਦ ਪੂਅਰ ਅੰਡਰਟੇਕ ਵਾਟ ਦ ਪ੍ਰਿਵਲੇਜ ਪ੍ਰੀਚ। ਕਹਿੰਦੇ ਜਿਹੜੇ ਕਾਫੀ ਟਾਈਮ ਮੈਨੂੰ ਘੰਟਿਆਂ ਤੱਕ ਕਰਨ ਤੋਂ ਬਾਅਦ ਜਿਹੜੇ ਪੂਅਰ ਉਹ ਚੀਜ਼ਾਂ ਕਰਦੇ ਨੇ ਜਿਹੜੇ ਪ੍ਰਿਵਲੇਜ ਲੋਕ ਨਹੀਂ ਕਰ ਰਹੇ। ਦਿਸ ਦੈਮਸੈਲਵ ਕਹਿੰਦੇ ਨਾ ਇਫ ਦ ਪ੍ਰਿਵਲੇਜ ਹੈਡ ਡਨ ਦਿਸ ਦੈਮਸੈਲਵ, ਕਹਿੰਦੇ ਜੇ ਪ੍ਰਿਵਲੇਜ ਲੋਕ ਕਿਹੜੇ ਹੁੰਦੇ ਨੇ ਜਿਹਨਾਂ ਕੋਲ ਸਭ ਕੁਛ ਹੁੰਦਾ ਵਾ, ਜਿਹੜਾ ਕਿ ਹਰੇਕ ਤਰੀਕੇ ਦੀ ਸੁਵਿਧਾ ਲਾਈਫ ਦੀ ਜਿਹੜੀ ਵੀ ਕਹਿ ਸਕਦੇ ਲਗਜ਼ਰੀਜ਼ ਉਹਨਾਂ ਕੋਲ ਅਵੇਲੇਬਲ ਹੁੰਦੀਆਂ ਨੇ। ਸੋ ਇੱਕ ਤਰੀਕੇ ਦੇ ਅਮੀਰ ਲੋਕ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ। ਕਹਿੰਦੇ ਜਿਹੜੇ ਚੀਜ਼ਾਂ ਪ੍ਰਿਵਲੇਜ ਲੋਕ ਖੁਦ ਨਹੀਂ ਕਰਦੇ ਉਹ ਚੀਜ਼ਾਂ ਕਿਹਨੂੰ ਕਰਨੀਆਂ ਪੈਂਦੀਆਂ ਨੇ, ਪੂਅਰ ਲੋਕਾਂ ਨੂੰ ਕਰਨੀਆਂ ਪੈਂਦੀਆਂ ਨੇ। ਕਹਿੰਦੇ ਜੇ ਉਹ ਇੱਦਾਂ ਕਰ ਲੈਣ, ਮਤਲਬ ਕਿ ਇਫ ਦਾ ਪ੍ਰਿਵਲੇਜ ਹੈ ਡਨ ਦਿਸ ਦੈਮਸੈਲਵਸ, ਉਹ ਆਪਣੇ ਆਪ ਆਪਣਾ ਕੰਮ ਕਰ ਲੈਣ, ਦਾ ਪੂਅਰ ਵੁੱਡ ਸਫਰ ਲੈਸ ਫਰੋਮ ਬੈਕ ਏਕ ਐਲਰਜੀਜ਼ ਐਂਡ ਰੈਸਪੀਰੇਟਰੀ ਡਿਸਆਰਡਰਸ। ਕਹਿੰਦੇ ਜਿਹੜੇ ਆਹ ਲੋਕ ਨੇ ਗਰੀਬ ਲੋਕ ਇਹ ਇਹਨਾਂ ਚੀਜ਼ਾਂ ਤੋਂ ਘੱਟ ਸਫਰ ਕਰਦੇ, ਲਾਈਕ ਕਿਹੜੀਆਂ ਚੀਜ਼ਾਂ ਹੋ ਗਈਆਂ, ਪਿੱਠ ਦਾ ਦਰਦ ਹੋ ਗਿਆ, ਐਲਰਜੀ ਜਾਂ ਕਿਸੇ ਵੀ ਤਰ੍ਹਾਂ ਦੀ ਸਾਹ ਲੈਣ ਦੀ ਪ੍ਰੋਬਲਮ, ਐਂਡ ਹੈਵ ਫੀਵਰ ਕੱਟਸ, ਉਹਨਾਂ ਦੇ ਕੱਟ ਵੀ ਘੱਟ ਲੱਗਦੇ, ਜਲਣ ਵੀ ਜਿਵੇਂ ਬਰਨਸ ਵੀ ਘੱਟ ਹੁੰਦੀ, ਅਤੇ ਡੋਗ ਬਾਈਟਸ ਵੀ, ਮਤਲਬ ਕਿ ਡੋਗ ਵੀ ਉਹਨਾਂ ਨੂੰ ਘੱਟ ਬਾਈਟ ਕਰਦੇ ਜਾਂ ਵੱਢਦੇ। The transaction at the selling point is complex and frequently unjust. A rag picker may be paid less if waste is substranded or wet, or if the buyer is temporarily cash trapped. ਕਹਿੰਦੇ ਉਹਨਾਂ ਨੂੰ ਪੈਸੇ ਵੀ ਉਸ ਅਕੋਰਡਿੰਗ ਮਿਲਦੇ ਜਿੰਨਾ ਉਹਨਾਂ ਨੇ ਜਿੱਦਾਂ ਉਹਨਾਂ ਨੇ ਸਮਾਨ ਲਿਆ ਵਾ, ਲਾਈਕ ਜੇ ਉਹਨਾਂ ਦਾ ਸਮਾਨ ਗਿੱਲਾ ਵਾ ਜਾਂ ਉਹਦੀ ਕੁਆਲਿਟੀ ਲੋ ਆ, ਤਾਂ ਫਿਰ ਉਹਨਾਂ ਨੂੰ ਘੱਟ ਪੈਸੇ ਮਿਲਦੇ ਆ, ਅਤੇ ਜੇ ਜਿਹੜਾ ਬਾਇਰ ਖਰੀਦਣ ਵਾਲਾ ਉਹ ਕੈਸ਼ ਦੀ ਕਮੀ ਆ, ਤਾਂ ਵੀ ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਆ। Rag pickers often take loans from buyers and soon find themselves working simply to pay back debt. ਹੁਣ ਜਿਵੇਂ ਕਈ ਵਾਰ ਲੋਨ ਵੀ ਲੈ ਲੈਂਦੇ ਆ ਬਾਇਰਸ, ਫਿਰ ਉਹ ਆਪਣਾ ਕੰਮ ਕਰਦੇ ਰਹਿੰਦੇ ਆ ਤਾਂ ਕਿ ਉਹਨਾਂ ਦਾ ਕਰਜ਼ਾ ਚੁਕਾ ਸਕਣ। ਸੋ ਇਹਨਾਂ ਤੋਂ ਆਪਾਂ ਚੂਜ਼ ਕਰ ਲੈਂਦੇ ਹਾਂ ਕਿਹੜਾ ਵਾ। ਐਨ ਅਕਾਊਂਟ ਆਫ ਅ ਟਿਪੀਕਲ ਡੇਜ਼ ਲੇਬਰ, ਇੱਕ ਟਿਪੀਕਲ ਡੇ ਦੀ ਗੱਲ ਹੋਈ ਵੀ ਸ਼ੁਰੂਆਤ ਕਿਵੇਂ ਹੁੰਦੀ ਹੈ ਅਤੇ ਐਂਡ ਤੱਕ ਕਿਵੇਂ ਕੰਮ ਕਰਦੇ ਨੇ, 4 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ, ਫਿਰ ਦੱਸਿਆ ਉਹਨਾਂ ਨੇ। ਸੋ 14 ਆਂਸਰ ਕੀ ਹੋ ਜਾਏਗਾ ਸਾਡਾ, ਡੀ। ਇਗਜ਼ੈਂਪਲਸ ਆਫ ਕਰੂਅਲਟੀ ਐਂਡ ਸਪੈਸੀਫਿਕ ਐਕਸਪਲੇਨੇਸ਼ਨ, ਕਰੂਰਤਾ ਦੀ ਕੋਈ ਗੱਲ ਨਹੀਂ ਹੋਈ ਆ ਹਾਲੇ। ਐਨ ਐਕੁਜੇਸ਼ਨ ਦਾ ਡਬਲ ਸਟੈਂਡਰਡ, ਦੋਗਲੇ, ਦੋ ਚੀਜ਼ਾਂ ਮਤਲਬ ਕਿ ਦੋ ਤਰੀਕੇ ਦੇ ਆਪਾਂ ਕਹਿੰਦੇ ਹਾਂ ਵੀ ਵਿਊ ਪੁਆਇੰਟ ਸ਼ੋਅ ਹੋ ਰਹੇ ਨੇ ਦੋਗਲੇ, ਇਹ ਵੀ ਨਹੀਂ ਕੋਈ ਗੱਲ ਹੋਈ। 18 ਐਨ ਐਲੀਗੇਸ਼ਨ ਦੈਟ ਵੈਲਦੀਅਰ ਪੀਪਲ ਆਰ ਨੋਟ ਡੂਇੰਗ ਵਟ ਦੇ ਕੁੱਡ, ਇਹ ਕਿਹਾ ਵੀ ਜਿਹੜੇ ਵੈਲਦੀਅਰ ਪੀਪਲ ਅਮੀਰ ਲੋਕ ਉਹ ਨਹੀਂ ਕਰ ਰਹੇ ਜੋ ਉਹ ਕਰ ਸਕਦੇ ਨੇ। ਸੋ ਇਹੀ ਗੱਲ ਹੋਈ, ਉੱਪਰ ਉਹਨਾਂ ਨੇ ਮੈਨਸ਼ਨ ਵੀ ਕੀਤਾ ਵੀ ਜੇ ਆਪਣਾ ਕੰਮ ਖੁਦ ਦੀ ਗੱਲ ਹੋਈ ਤਾਂ ਉਹਨਾਂ ਨੂੰ ਇਹ ਕੰਮ ਨਹੀਂ ਸਹਿਣਾ, ਚੀਜ਼ਾਂ ਨਹੀਂ ਸਹਿਣਾ ਪੈਣਗੀਆਂ। ਤੁਹਾਡਾ 14 ਅਤੇ 18 ਆਂਸਰ ਕੀ ਹੋ ਜਾਏਗਾ, ਡੀ। ਦੈਨ ਮੂਵ ਔਨ ਟੂ ਦਾ ਨੈਕਸਟ।
ਰੈਗ ਪਿਕਰ ਜਨਰਲੀ ਲਿਵ ਈਦਰ ਇਨ ਸਲਮਸ ਔਫਨ ਦ ਸ਼ੋਪ ਔਰ ਵੇਅਰ ਹਾਊਸ ਔਫ ਅ ਮਿਡਲਮੈਨ ਕਿਤੇ ਜ਼ਿਆਦਾਤਰ ਰਹਿੰਦੇ ਨੇ ਆਮ ਤੌਰ 'ਤੇ ਝੋਪੜੀਆਂ 'ਚ ਰਹਿੰਦੇ ਨੇ ਜਾਂ ਫਿਰ ਦੁਕਾਨਾਂ 'ਤੇ ਜਿਹੜੇ ਮਿਡਲਮੈਨ ਨੇ ਉਹਨਾਂ ਦੇ ਵੇਅਰ ਹਾਊਸਿਸ ਵਿੱਚ ਔਰ ਆਊਟਸਾਈਡ ਇਨ ਐਲੀਵੇਜ਼ ਔਰ ਔਨ ਫੁੱਟਪਾਥ ਫੁੱਟਪਾਥ 'ਤੇ ਰਹਿੰਦੇ ਨੇ ਜਾਂ ਤਾਂ ਔਨ ਜਾਂ ਫਿਰ ਐਲੀਵੇਜ਼ ਦੇ ਬਾਹਰ ਐਲੀਵੇਜ਼ ਕੀ ਹੁੰਦਾ ਵਾ ਜਿਹੜੇ ਦੋ ਬਿਲਡਿੰਗਸ ਉਹਨਾਂ ਦੇ ਵਿੱਚ ਜਿਹੜਾ ਰਸਤਾ ਹੁੰਦਾ ਉਹਨੂੰ ਐਲੀਵੇਜ਼ ਕਹਿੰਦੇ ਨੇ ਸਮ ਸਲੀਪ ਇਨ ਡਸਟਬਿਨ ਕੁਝ ਕਹਿੰਦੇ ਡਸਟਬਿਨ 'ਚ ਵੀ ਸੌਂਦੇ ਨੇ ਦੇ ਆਰ ਐਕਸੈਸ ਟੂ ਬੇਸਿਕ ਅਮੈਨਿਟੀਜ਼ ਐਂਡ ਅਸੈਂਸ਼ੀਅਲ ਸਰਵਿਸਿਜ਼ ਇਜ਼ ਵਿਰਚੁਅਲੀ ਨੋਨ ਐਗਜ਼ਿਸਟੈਂਟ ਕਹਿੰਦੇ ਜਿਹੜੇ ਇਹਨਾਂ ਦੀ ਜਿਹੜੀ ਪਹੁੰਚ ਆ ਫੈਸਿਲਿਟੀਜ਼ ਤੱਕ ਜਾਂ ਅਮੈਨਿਟੀਜ਼ ਤੱਕ ਅਮੈਨਿਟੀਜ਼ ਵੀ ਫੈਸਿਲਿਟੀ ਹੁੰਦੀ ਹੈ ਇੱਕ ਤਰੀਕੇ ਦੀਆਂ ਜਾਂ ਕਿਸੇ ਵੀ ਤਰੀਕੇ ਦੀ ਸਰਵਿਸ ਲਈ ਉਹ ਮਤਲਬ ਨੋਨ ਐਗਜ਼ਿਸਟੈਂਟ ਨੇ ਮਤਲਬ ਨਹੀਂ ਹੁੰਦੀਆਂ ਮੌਜੂਦ ਨਹੀਂ ਲੈ ਪਾਉਂਦੇ ਦ ਪੁਲਿਸ ਰੈਗੂਲਰਲੀ ਬੀਟ ਦੈਮ ਔਰ ਬਰਨ ਦੇਅਰ ਬੈਗਸ ਔਨ ਵੇਸਟ ਕਹਿੰਦੇ ਜਿਹੜੇ ਪੁਲਿਸ ਆ ਉਹਨਾਂ ਨੂੰ ਮਤਲਬ ਕੁੱਟਦੀ ਆ ਉਹਨਾਂ ਦੇ ਬੈਗ ਜਿਹੜੇ ਸਾੜ ਦਿੰਦੀ ਆ ਵੇਸਟ ਵਾਲੇ ਲਿਵਿੰਗ ਦੈਮ ਵੀ ਤਾਂ ਕਿ ਉਹਨਾਂ ਨੇ ਲਿਵਿੰਗ ਦੈਮ ਵਿਦ ਨਥਿੰਗ ਟੂ ਸ਼ੋ ਫੋਰ ਅ ਡੇਜ਼ ਵਰਕ ਤਾਂ ਕਿ ਉਹ ਨਾ ਸ਼ੋ ਕਰ ਪਾਉਣ ਵੀ ਉਹਨਾਂ ਨੇ ਕੋਈ ਕੰਮ ਕੀਤਾ ਵੀ ਹੈ ਦਿਨ 'ਚ ਕਿ ਨਹੀਂ ਮਿਊਨਸੀਪਲ ਵਰਕਰਸ ਚਾਰਜ ਰੈਗ ਪਿਕਰਸ ਟੂ ਬੀ ਅਲਾਊਡ ਟੂ ਫੋਰ ਏਜ ਇਨ ਅ ਬਿਨ ਵੀ ਬੜਾ ਖਾਣਾ ਲੱਭਣਾ ਵਾ ਬਿਨ ਦੇ ਵਿੱਚ ਡਸਟਬਿਨ ਦੇ ਵਿੱਚ ਉਹਨਾਂ ਦੇ ਪੈਸੇ ਚਾਰਜ ਕਰਦੀ ਆ ਫੋਰ ਏਜ ਮਤਲਬ ਭਾਲਣਾ ਖਾਣਾ ਇਫ ਇਟ ਇਜ਼ ਅ ਲੂਕਰੇਟਿਵ ਬਿਨ ਵਧੀਆ ਕੋਈ ਬਿਨ ਆ ਤਾਂ ਉਹਦਾ ਜਿਹੜੇ ਰੇਟ ਜ਼ਿਆਦਾ ਦਿੰਦੀ ਆ ਵਨਸ ਐਂਡ ਸਕਾਉਂਸ ਸਾਰਾ ਕੁਝ ਉਹ ਕਰ ਲੈਂਦੇ ਨੇ ਤਾਂ ਮਿਊਨਸੀਪਲ ਵਰਕਰ ਮੇਕਸ ਦੈਮ ਡੂ ਅਡੀਸ਼ਨਲ ਵਰਕ ਉਹਨਾਂ ਤੋਂ ਹੋਰ ਕੰਮ ਲਿਆ ਜਾਂਦਾ ਵਾ ਲਾਈਕ ਝਾੜੂ ਹੋ ਗਏ ਲੋਡਿੰਗ ਟਰੱਕ ਕਰਨਾ ਇਹ ਸਾਰਾ ਕੁਝ ਇਟ ਇਜ਼ ਨੋਟ ਅਨਨੋਨ ਫੋਰ ਦ ਪੁਲਿਸ ਟੂ ਪਿਕ ਰੈਕ ਪੇਕਰਸ ਐਂਡ ਫੋਰਸ ਦੈਮ ਟੂ ਕਲੀਨ ਦਾ ਪੁਲਿਸ ਸਟੇਸ਼ਨ ਹੁਣ ਤਾਂ ਸਾਨੂੰ ਕਲੀਅਰ ਹੋ ਗਿਆ ਗੱਲਾਂ ਕਿੱਦਾਂ ਦੀਆਂ ਹੋਈਆਂ ਤਾਂ 15 ਆਂਸਰ ਸਾਡਾ ਜਿਹੜਾ ਵਾ ਉਹ ਕਿਹੜੇ ਪੈਰਾਗ੍ਰਾਫ ਨਾਲ ਲਿੰਕ ਕਰ ਰਿਹਾ ਵਾ ਈ ਨਾਲ ਐਗਜ਼ਾਮਪਲਸ ਆਫ ਕਰੂਅਲਟੀ ਐਂਡ ਸਪੈਸੀਫਿਕ ਐਕਸਪਲੋਇਟੇਸ਼ਨ ਦੈਨ ਐਫ ਪੈਰਾਗ੍ਰਾਫ Sadly and shockingly, this whole process subsidizes the consumption of various materials by the city's wealthier citizens. Kinu fayda de reha sara kuch sinu city's de wealthier citizens nu. The example of plastic is a good example. According to a report by the Ministry of Environment, the plastic industry is growing at 10% per annum and almost 52% of this is expected to be used in the packaging sector. Packaging is a short life use and it will be collected and processed as waste by the informal sector. It will be undertaken in a manner which ensures that ecologically, economically and socially the cost will be internalized by the recycling chain. Hun ede vich apan padh liya vi haan ji eh gallan kinu helpful zyada reh rahiyan ne sabit ho rahiyan ne. ਇਹਦੀ ਤਾਂ ਕੋਈ ਗੱਲ ਨਹੀਂ ਹੋਈ ਦੋਗਲੀ ਦੀ ਕੋਈ ਕਹਿੰਦੇ ਦੋ ਗੱਲਾਂ ਦੀ ਆਪਾਂ ਕਹਿ ਸਕਦੇ ਹਾਂ 19 ਐਨ ਅਸਰਸ਼ਨ ਦੈਟ ਦੇਅਰ ਇਜ਼ ਬੈਨੀਫਿਟ ਫਰੋਮ ਦਾ ਹਾਰਡ ਵਰਕ ਆਫ ਦਾ ਪੂਅਰ ਇਹਦੀ ਗੱਲ ਹੋਈ ਹੈ ਵੀ ਕਿਹਨੂੰ ਬੈਨੀਫਿਟ ਮਿਲ ਰਿਹਾ ਉਹਨਾਂ ਦੇ ਕੰਮ ਦਾ ਵੈਲਦੀਅਰ ਪੀਪਲ ਨੂੰ ਵੈਲਦੀਅਰ ਸਿਟੀਜ਼ਨ ਨੂੰ ਸਾਡਾ ਆਨਸਰ ਕੀ ਹੋ ਜਾਏਗਾ 19 ਦਾ ਐਫ ਦੈਨ ਇਜ਼ ਲਾਸਟ In India, the informal sector has an essential role because it is able to undertake recycling which the municipality cannot. However, although it is critical, especially to the handling of solid waste, the sector is unable to optimize its work. There is a stark lack of awareness and specific skills as well as very poor working conditions. The services provided by this sector are poorly understood and ultimately free to consumers, so are currently unappealing to the private sector. Recycling, at least for now, must be seen as the flip side of the urban middle class consumption. The state's attitude towards informal cycling is schizophrenic. And it is state or the attitude of informal recycling wala ki hai schizophrenic. Schizophrenic is a mental disorder. Jida matlab ab bande nu jede bhram jal hunde ne. On the one hand, in conferences and seminars, the sector is praised and rag pickers complimented for their contribution. Kende ik passe da seminars ja jede kehnde ho ਕਾਨਫਰੰਸਿਸ ਆ ਉਹਨਾਂ ਦੇ ਵਿੱਚ ਤਾਂ ਇਹਨਾਂ ਦੀ ਤਾਰੀਫ਼ ਕੀਤੀ ਜਾਂਦੀ ਹੈ ਰੈਗ ਪਿਕਰ ਦੀ ਜੋ ਕੰਮ ਕਰ ਰਹੇ ਨੇ ਠੀਕ ਹੈ ਔਨ ਦਾ ਅਦਰ ਹੈਂਡ ਦਾ ਸੈਕਟਰ ਇਜ਼ ਇਗਨੋਰਡ ਬਾਈ ਪਲੈਨਰਸ ਐਂਡ ਪੋਲਿਸੀ ਮੇਕਰ ਦੂਜੇ ਪਾਸੇ ਇਹਨਾਂ ਜਿਹੜੇ ਪੋਲਿਸੀ ਮੇਕਰਸ ਨੇ ਉਹ ਬਿਲਕੁਲ ਇਹਨਾਂ ਨੂੰ ਇਗਨੋਰ ਕਰਦੇ ਇਹਨਾਂ ਦੀ ਕੋਈ ਵੀ ਚੀਜ਼ ਜਿਹੜੀ ਹੈ ਧਿਆਨ 'ਚ ਨਹੀਂ ਲਿਆਉਂਦੇ ਹੋ ਲੁੱਕ ਟੂ ਰਿਫੋਰਮ ਮਿਊਨਸਪਲ ਸਿਸਟਮ ਇੱਥੋਂ ਪਤਾ ਲੱਗ ਗਿਆ ਦੋਗਲਾਪਣ ਆ ਗਿਆ ਹੈ ਨਾ ਸੋ ਦਾ ਕਰੰਟ ਥਰਡ ਮਾਸਟਰ ਪਲਾਨ ਫੋਰ ਡੈਲੀ ਹੁਣ ਇੱਥੋਂ ਅੱਗੇ ਵੀ ਪੜ੍ਹਨ ਦੀ ਲੋੜ ਨਹੀਂ ਸਾਡਾ ਆਂਸਰ ਸਾਨੂੰ ਮਿਲ ਗਿਆ ਦੈਟ ਇਜ਼ 16 ਦਾ ਆਂਸਰ ਕੀ ਹੋਗਾ ਸਾਡਾ ਜੀ ਐਨ ਐਕਿਊਜੇਸ਼ਨ ਦੈਟ ਡਬਲ ਸਟੈਂਡਰਡਸ ਆਰ ਓਪਰੇਟਿੰਗ Then our next type of question, 22 to 26, choose no more than 3 words. Sirf 3 words is our limit. Sab to pehla questions read kar lene hain.
ਦ ਨੋਸ਼ਨ ਆਫ ਰੀਸਾਈਕਲਿੰਗ ਇਨ ਇੰਡੀਆ ਹੈਜ਼ ਚੇਂਜ ਹਿਊਜਲੀ, ਕਹਿੰਦੇ ਜਿਹੜਾ ਆਈਡੀਆ ਵਾ ਰੀਸਾਈਕਲਿੰਗ ਦਾ ਇੰਡੀਆ ਦੇ ਵਿੱਚ ਉਹ ਕਾਫੀ ਹੱਦ ਤੱਕ ਚੇਂਜ ਹੋ ਚੁੱਕਾ ਵਾ. ਐਟ ਵਨ ਟਾਈਮ ਕਹਿੰਦੇ ਇੱਕ ਸਮੇਂ ਦੇ ਵਿੱਚ ਪੀਪਲ ਡੈਸ਼ ਐਵਰੀਥਿੰਗ ਫਰੋਮ ਨਿਊਜ਼ ਪੇਪਰਸ ਟੂ ਹਾਊਸ ਹੋਲਡ ਕੰਟੇਨਰ. ਕਹਿੰਦੇ ਇੱਕ ਸਮੇਂ ਦੇ ਵਿੱਚ ਜਿਹੜੇ ਲੋਕ ਸੀਗੇ ਕੀ ਕਰਦੇ ਸੀ ਸਾਰੀ ਚੀਜ਼ਾਂ ਨੂੰ, ਨਿਊਜ਼ ਪੇਪਰ ਤੋਂ ਲੈ ਕੇ ਹਾਊਸ ਹੋਲਡ ਕੰਟੇਨਰ ਤੱਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਦੇ ਹੁੰਦੇ ਸੀ ਉਹ ਦੱਸਣਾ. ਇੱਥੇ ਪੜ੍ਹਿਆ ਸੀ ਅਸੀਂ, ਲੋਂਗ ਬਿਫੋਰ ਦ ਟਰਮ ਇਟ ਸੈਲਫ ਸੀਪਡ ਇਨ ਟੂ ਐਵਰੀ ਡੇ ਵੋਕੈਬਲਰੀ, ਵਿਮੈਨ ਸੈਪਰੇਟਡ ਨਿਊਜ਼ ਪੇਪਰਸ ਐਂਡ ਸੋਲਡ ਦੈਮ ਟੂ ਵੀਕ ਐਂਡ ਬਾਇਰਸ ਹੂ ਸਾਈਕਲਡ ਬਾਈ ਵਿਦ ਅ ਵੇਇੰਗ ਸਕੇਲ ਐਂਡ ਲੂਜ਼ ਚੇਂਜ ਟੂ ਪੇ ਵਿਦ ਬੋਟਲਸ ਵਰ ਰੀਯੂਜ਼ਡ ਅੰਟਿਲ ਦੇ ਬਰੋਕ ਐਂਡ ਟਿਨਸ ਵਰ ਸਿੰਪਲੀ ਨੈਵਰ ਥਰੋਨ ਅਵੇ. ਹੁਣ ਨਿਊਜ਼ ਪੇਪਰਸ ਤੋਂ ਲੈ ਕੇ ਟਿਨਸ ਤੱਕ ਜਾਂ ਬੋਟਲਸ ਤੱਕ ਹਰੇਕ ਚੀਜ਼ ਨੂੰ ਕੀ ਕੀਤਾ ਜਾ ਰਿਹਾ ਵਾ, ਰੀਯੂਜ਼ਡ. ਸਾਡਾ ਆਂਸਰ ਕੀ ਹੋ ਜਾਏਗਾ ਇਹਦਾ ਕੁਸ਼ਚਨ ਦਾ? ਐਵਰੀਥਿੰਗ ਇਜ਼ ਰੀਯੂਜ਼ਡ. ਸੋ ਐਟ ਵਨ ਟਾਈਮ ਪੀਪਲ ਰੀਯੂਜ਼ਡ ਐਵਰੀਥਿੰਗ ਫਰੋਮ ਨਿਊਜ਼ ਪੇਪਰਸ ਟੂ ਹਾਊਸ ਹੋਲਡ ਕੰਟੇਨਰਸ. ਦੈਨ ਇਜ਼ ਨਾਓ ਵਿਦ ਦ ਡੈਸ਼ ਡਿਸਪੋਜ਼ੇਬਲ ਪ੍ਰੋਡਕਟਸ ਐਂਡ ਪਲਾਸਟਿਕ ਪੈਕੇਜਿੰਗ ਪੀਪਲ ਸਿੰਪਲੀ ਥਰੋ ਥਿੰਗਸ ਅਵੇ ਇਨਸਟੈਡ ਆਫ ਪੁਟਿੰਗ ਦੈਮ ਅਸਾਈਡ ਫੋਰ ਡੈਸ਼. ਕਹਿੰਦੇ ਇਸ ਚੀਜ਼ ਦੇ ਆਉਣ ਨਾਲ ਕਿਹੜੀ ਚੀਜ਼, ਹੁਣ ਅਸੀਂ ਨਾ ਵੀ ਇਹਦੇ ਵਿੱਚ ਡੈਸ਼ ਕੀ ਆਊਗਾ ਵੀ ਡਿਸਪੋਜ਼ੇਬਲ ਪ੍ਰੋਡਕਟਸ ਅਤੇ ਪਲਾਸਟਿਕ ਪੈਕੇਜਿੰਗ ਜਿਹੜੀ ਆ ਵਿਦ ਦਾ ਡਿਸਪੋਜ਼ੇਬਲ ਪ੍ਰੋਡਕਟਸ ਪਲਾਸਟਿਕ ਪੈਕੇਜਿੰਗ ਦੀ ਕਿਸ ਚੀਜ਼ ਦੇ ਨਾਲ ਜਿਹੜੇ ਲੋਕ ਨੇ ਚੀਜ਼ਾਂ ਸੁੱਟਣ ਲੱਗ ਗਏ ਨੇ, ਥਰੋ ਅਵੇ ਕਰਨ ਲੱਗ ਗਏ ਨੇ, ਕਿਸ ਚੀਜ਼ ਕਰਨ ਦੀ, ਕਿਹੜੀ ਚੀਜ਼ ਕਰਨ ਦੀ ਬਜਾਏ ਪੁਟਿੰਗ ਦੈਮ ਅਸਾਈਡ ਫੋਰ ਡੈਸ਼, ਕਿਸ ਚੀਜ਼ ਲਈ ਸਾਂਭ ਕੇ ਰੱਖਣ ਦੀ ਬਜਾਏ ਉਹਨਾਂ ਨੂੰ ਸੁੱਟਣ ਲੱਗ ਗਏ ਨੇ, ਅਤੇ ਕਿਹੜੀ ਚੀਜ਼ ਦੇ ਆਉਣ ਦੇ ਨਾਲ ਇਹ ਦੱਸਣਾ. ਹੁਣ ਆਉਣ ਦੀ ਇੰਗਲਿਸ਼ ਆਪਾਂ ਦੇਖਣੀ ਕੀ ਹੈ, ਕਿਉਂਕਿ ਆਉਣ ਦੇ ਨਾਲ ਤਾਂ ਪਤਾ ਹੀ ਹੈ ਡਿਸਪੋਜ਼ੇਬਲ ਜਿਹਨਾਂ ਨੇ ਗੱਲ ਕੀਤੀ ਪਲਾਸਟਿਕ ਦੀ. ਐਜ ਏ 13 ਈਅਰ ਓਲਡ ਆਈ ਵਾਸ ਸਰਾਊਂਡਡ ਬਾਈ ਬੇਬੀ ਫੂਡ, ਇਹ ਸਾਰਾ ਕੁਝ, ਦੀਜ਼ ਹੈਬਿਟਸ ਵਰ ਸੈਡਲੀ ਡਾਇੰਗ ਆਊਟ, ਚੀਜ਼ਾਂ ਖਤਮ ਹੋ ਰਹੀਆਂ ਨੇ, ਸੁਪਰਸੀਡਡ ਬਾਈ ਦਾ ਐਡਵੈਂਟ ਆਫ ਦ ਨੋਨ ਰੀਸਾਈਕਲੇਬਲ ਨੋਨ ਰੀਯੂਜ਼ੇਬਲ ਸੈਸ਼ੇ ਐਂਡ ਪਲਾਸਟਿਕ ਪੈਕੇਜਿੰਗ. ਸੈਸ਼ੇ ਮਤਲਬ ਡਿਸਪੋਜ਼ੇਬਲ, ਪਲਾਸਟਿਕ ਪੈਕੇਜਿੰਗ, ਅਤੇ ਇਹਨਾਂ ਚੀਜ਼ਾਂ ਦੀ ਕਿਸ ਚੀਜ਼ ਨਾਲ, ਐਡਵੈਂਟ ਨਾਲ, ਐਡਵੈਂਟ ਮਤਲਬ ਉਤਪੱਤੀ. ਸੋ ਵਿਦ ਦਾ ਐਡਵੈਂਟ ਆਫ, ਹੁਣ ਆਫ ਵੀ ਆਉਣਾ ਵਾ, ਠੀਕ ਹੈ, ਫੁੱਲ ਲਾਈਨ ਮੈਚ ਕਰਨੀ ਆ ਆਪਾਂ, ਐਡਵੈਂਟ ਆਫ ਡਿਸਪੋਜ਼ੇਬਲ ਪ੍ਰੋਡਕਟਸ ਐਂਡ ਪਲਾਸਟਿਕ ਪੈਕੇਜਿੰਗ ਪੀਪਲ ਸਿੰਪਲੀ ਥਰੋ ਥਿੰਗਸ ਅਵੇ, ਕਿਸ ਚੀਜ਼ ਲਈ ਸਾਂਭ ਕੇ ਰੱਖਣ ਦੀ ਬਜਾਏ ਸੁੱਟ ਦਿੰਦੇ ਸੀ. ਨਾਓ ਇਨਸਟੈਡ ਆਫ ਬੀਂਗ ਸਟੋਰਡ ਅਵੇ ਫੋਰ ਅ ਰੇਨੀ ਡੇ, ਕਿਸ ਚੀਜ਼ ਵਾਸਤੇ? ਫੋਰ ਅ ਰੇਨੀ ਡੇ ਅਨਵਾਂਟਡ ਪ੍ਰੋਡਕਟਸ ਆਰ ਟੋਸਡ ਕੇਅਰਲੈਸਲੀ ਇਨ ਦਾ ਡਸਟਬਿਨ. ਕਿਸ ਚੀਜ਼ ਵਾਸਤੇ ਸਾਂਭ ਕੇ ਰੱਖਦੇ ਸੀ? ਫੋਰ ਅ ਰੇਨੀ ਡੇ. ਸੋ 24 ਦਾ ਆਂਸਰ ਕੀ ਹੋ ਗਿਆ? ਅ ਰੇਨੀ ਡੇ. ਦੈਨ ਇਸ ਦ 25 ਕੁਸ਼ਚਨ, The dash takes care of the whole recycling process nowadays. ਅੱਜ ਕੱਲ੍ਹ ਰੀਸਾਈਕਲਿੰਗ ਪ੍ਰੋਸੈਸ ਦਾ ਪੂਰਾ ਧਿਆਨ ਕੌਣ ਰੱਖ ਰਿਹਾ ਵਾ? ਆਲ ਰੀਸਾਈਕਲਿੰਗ ਇਨ ਇੰਡੀਆ ਇਜ਼ ਅੰਡਰਟੇਕਨ ਬਾਏ ਐਂਡ ਵਾਇਆ ਦਾ ਇਨਫੋਰਮਲ ਸੈਕਟਰ. ਕੌਣ ਧਿਆਨ ਦੇ ਰਿਹਾ ਵਾ ਸਭ ਤੋਂ ਵੱਧ ਹੁਣ ਇਹਨਾਂ ਚੀਜ਼ਾਂ ਦਾ? ਇਨਫੋਰਮਲ ਸੈਕਟਰ. ਸਾਡਾ 25 ਆਂਸਰ ਕੀ ਹੋ ਗਿਆ? ਇਨਫੋਰਮਲ ਸੈਕਟਰ. ਦੈਨ ਰੈਗ ਪਿਕਰਸ ਆਰ ਐਟ ਦ ਬੋਟਮ ਆਫ ਅ ਡੈਸ਼ ਵਿਦ ਐਵਰੀ ਵਨ ਫਰੋਮ ਦ ਵੇਰੀਅਸ ਮਿਡਲਮੈਨ ਟੂ ਦ ਫੈਕਟਰੀ ਓਨਰਸ ਐਂਡ ਦੇਅਰ ਏਜੰਟਸ ਲੁਕਿੰਗ ਡਾਊਨ. ਸਭ ਤੋਂ ਥੱਲੇ ਕਹਿੰਦੇ ਬੇਸ ਤੇ ਕਿਹੜੀ ਚੀਜ਼ ਦੇ ਬੇਸ ਤੇ ਰੈਗ ਪਿਕਰਸ ਹੁੰਦੇ ਨੇ? ਦਿਸ ਸੈਕਟਰ ਇੰਕਲੂਡਸ ਰੈਗ ਪਿਕਰਸ, ਮਿਡਲਮੈਨ, ਟਰਾਂਸਪੋਰਟ ਐਂਡ ਫਾਈਨਲ ਰੀਪ੍ਰੋਸੈਸਿੰਗ. ਇਨ ਟਰਮਸ ਆਫ ਹਿਊਮਨ ਰਿਸੋਰਸਿਸ, ਦਿਸ ਸੈਕਟਰ ਇਜ਼ ਅਰੇਂਜ ਇਨ ਅ ਟੇਬਲ ਟੋਪ ਪਿਰਾਮਿਡ ਵਿਦ ਰੈਗ ਪਿਕਰਸ ਐਟ ਦ ਬੇਸ. ਕਿਸ ਚੀਜ਼ ਦੀ ਐਟ ਦ ਬੇਸ ਤੇ ਮਤਲਬ ਐਂਡ ਤੇ ਨੇ ਪਿਰਾਮਿਡ ਦੀ? ਸਾਡਾ 26 ਆਂਸਰ ਕੀ ਹੋ ਜਾਏਗਾ? ਬੋਟਮ ਆਫ ਅ ਪਿਰਾਮਿਡ ਵਿਦ everyone from the various middlemen to the factory owners and their agents looking down. Clear? So these are the question number 14 to 26.